ਜੂਸ ਇੰਨਾ ਕਿ ਜ਼ਿਆਦਾ ਅਲਟੀਮੇਟ ਆ ਨਾ ਫਿਰ ਮੈਂ ਕਹਿੰਦਾ ਤੁਸੀਂ ਵਾਰ ਵਾਰ ਚੱਲਦੀ ਬਿਜਲੀ ਨਾਲ ਆ ਪਰ ਇੱਕ ਵਾਰ ਚ ਕ੍ਰੈਸ਼ ਹੋ ਜਾਂਦਾ ਸਾਰਾ ਦੇਖੋ ਤੁਸੀਂ ਕਿੰਨਾ ਉਹਦਾ ਸਫਾਈ ਵਾਲਾ ਕੰਮ ਆ ਮਤਲਬ ਕੋਈ ਖਲਾਰਾ ਖਲੂਰਾ ਨਹੀਂ ਪੈਂਦਾ ਤੁਸੀਂ ਬਣਾ ਕੇ ਅੱਜ ਕੱਲ ਸੀਗਾ ਮੇਰਾ ਮੈਚ ਤੁਹਾਨੂੰ ਪਤਾ ਕੈਪਟਨ ਜੇ ਨਾ ਗਿਆ ਤਾਂ ਗੱਲ ਬਣਨੀ ਨਹੀਂ ਛੱਡਣਾ ਨੀ ਫੜ ਲਾ ਇਹਨੂੰ ਜੇ ਤੁਸੀਂ ਪਹਿਲਾਂ ਗੈਸ ਲਾਓ ਕੀ ਹੋਣ ਵਾਲਾ ਲੈ ਗੈਸ ਨਹੀਂ ਪਤਾ ਲੱਗਿਆ ਆਪਾਂ ਨੂੰ ਦੱਸਣ ਲੱਗਿਆ ਕਿ ਅੱਜ ਪਤਾ ਲੱਗਿਆ ਗੰਨੇ ਦਾ ਜੂਸ ਪਾਉਣ ਜਿਹਨੂੰ ਪੰਜਾਬੀ ਚ ਕਹਿ ਦਿੰਦੇ ਗੰਨੇ ਦਾ ਰੋ ਕਿਸ ਗੰਨੇ ਦੇ ਰੋ ਤੁਹਾਨੂੰ ਪਤਾ ਹੀ ਇੱਕ ਫਲੇਵਰ ਹੁੰਦਾ ਅੱਜ ਆਪਾਂ ਤੁਹਾਨੂੰ ਤਰ੍ਹਾਂ ਤਰ੍ਹਾਂ ਦੇ ਫਲੇਵਰ ਪਲਾਣ ਲੱਗੇ ਆ ਬਟਰ ਸਕੋਚ ਲਾ ਤੋਂ ਲਾ 5-6 ਫਲੇਵਰ ਤੁਹਾਨੂੰ ਪੂਰੇ ਚੀਸਾਂ ਕਢਾਉਣ ਵਾਲੇ ਫਲੇਵਰ ਨੇ ਅੱਜ ਆਪਾਂ ਤੁਹਾਨੂੰ ਲੈ ਕੇ ਜਾਣ ਲੱਗੇ ਉਹਦੇ ਭਾਜੀ ਕੋਲ ਜਿਹੜੇ ਭਾਜੀ ਟੂਸ਼ਨ ਮਾਰਕੀਟ ਦੇ ਸਾਹਮਣੇ ਤੁਹਾਨੂੰ ਸਾਰਾ ਆਪਾਂ ਐਡਰੈਸ ਦੱਸਾਂਗੇ ਕੱਲ੍ਹ ਤੁਸੀਂ ਆਓ ਆਪਾਂ ਪੀਂਦੇ ਹਾਂ ਹਾਂਜੀ ਫਿਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਸਾਹਿਬ ਫਿਰ ਕਿੰਨੇ ਕੁ ਤਰ੍ਹਾਂ ਦੇ ਫਲੇਵਰ ਦਾ ਗੰਨੇ ਦਾ ਰੋ ਆਪਣੇ ਕੋਲ 8 ਤਰ੍ਹਾਂ ਦਾ 9 ਤਰ੍ਹਾਂ ਦਾ ਹੋ ਗਿਆ ਜੀ ਹੁਣ ਜੀ 9 ਤਰ੍ਹਾਂ ਦਾ ਫਲੇਵਰ ਕਿਹੜੇ ਕਿਹੜੇ ਫਲੇਵਰ ਹੁੰਦੇ ਆ ਭਾਜੀ ਮੈਂਗੋ ਪਾਈਨਐਪਲ ਸਟ੍ਰੋਬੇਰੀ ਔਰੇਂਜ ਕੋਫੀ ਚੋਕਲੇਟ ਬਟਰਸਕੋਚ ਜਿਹੜੀ ਹੈ ਨਾ ਜੇ ਤੁਹਾਡੇ ਕੋਲ ਮਸ਼ੀਨ ਆਇਆ ਜਿਵੇਂ ਅੱਜ ਕੱਲ੍ਹ ਤਾਂ ਦੂਜੀ ਮਸ਼ੀਨਾਂ ਚੱਲਦੀਆਂ ਮਤਲਬ ਅੱਜ ਕੱਲ੍ਹ ਦੀ ਟੈਕਨੋਲੋਜੀ ਵਾਲੀ ਅਤੇ ਅੱਜ ਆਪਾਂ ਤੁਹਾਨੂੰ ਬਣਾ ਲੈ ਕੇ ਤੁਸੀਂ ਬਣਾ ਕੇ ਪੂਰਾ ਸਿਸਟਮ ਕੀਤਾ ਹੋਇਆ ਮੇਰੇ ਨੇ ਅਤੇ ਮੈਂ ਅੱਜ ਪਹਿਲਾਂ ਤਾਂ ਡੀਜ਼ਲ ਡੂਜ਼ਲ ਨਾਲ ਚੱਲਦੀ ਸੀ ਦੇਖੋ ਤੁਸੀਂ ਕਿੰਨਾ ਉਹਦਾ ਸਫਾਈ ਵਾਲਾ ਕੰਮ ਆ ਮਤਲਬ ਕੋਈ ਖਲਾਰਾ ਖਲੂਰਾ ਨਹੀਂ ਪੈਂਦਾ ਅਤੇ ਪੂਰਾ ਵਧੀਆ ਤਰੀਕੇ ਨਾਲ ਜੂਸ ਨਿਕਲਦਾ ਨਾਲੇ ਪਿਓਰ ਆ ਇਹ ਸਿਸਟਮ ਉਹ ਹੀ ਹੈ ਪਰ ਚੱਲਦੀ ਬਿਜਲੀ ਨਾਲ ਆ ਪਰ ਇੱਕ ਵਾਰ 'ਚ ਕ੍ਰੈਸ਼ ਹੋ ਜਾਂਦਾ ਸਾਰਾ ਹੈ ਨਾ ਇਹ ਫਲੇਵਰ ਕੀ ਬਾਅਦ 'ਚ ਬਣਨੇ ਹੁੰਦੇ ਹੋਈ ਚੀਜ਼ ਬੈਸਟ ਕੁਆਲਿਟੀ ਯੂਜ਼ ਕਰੀ ਦੀ ਹੈ ਪਿੱਛੇ ਹੁਣ ਸਾਨੂੰ ਇੱਕ ਹੋਰ ਕੁਆਲਿਟੀ ਦਾ ਪਤਾ ਪਤਾ ਲੱਗੀ ਹੈ ਕੋਸਟ ਤੋਂ ਵੀ ਜ਼ਿਆਦਾ ਬੈਸਟ ਰਹਿਣਾ ਤੋਂ ਦੋ ਯੂਜ਼ ਕੀਤੀ ਜਾਂਦੀ ਅਤੇ ਉਹਦਾ ਸਵਾਦ ਹੀ ਵਧੀਆ ਹੁੰਦੇ ਪਲਸ ਉਹ 'ਚ ਨਾ ਹਲਕੇ ਪੀਸਿਸ ਪਾਏ ਹੁੰਦੇ ਫੂਡਸ ਦੇ ਅੱਛੀ ਉਹਦਾ ਸਵਾਦ ਬਹੁਤ ਜ਼ਿਆਦਾ ਬੈਟਰ ਜਿਹਦੇ ਮੁੱਛਾ ਨਹੀਂ ਹੈ ਇੱਦਾਂ ਬਣਾ ਸਕਦੇ ਚਲੋ ਆਪਾਂ ਖੋਲ ਦੇ ਸਮੈਸ ਵੀ ਦੱਸਾਂਗੇ
ਵੀ ਇੱਦਾਂ ਦਾ ਫਲੇਵਰ ਹੈ ਆ, ਇਹਨੇ ਦਾ ਆਪਾਂ ਬਿਨਾਂ ਚਾਹੁੰਦੇ ਤਾਂ ਆ ਜਾਓ ਤੁਸੀਂ ਟੂਨਾ ਕਿਸ਼ਨ ਮਾਰਕੀਟ ਦੇ ਕੋਲ। ਵੈਸੇ ਆਪਾਂ ਤੁਹਾਨੂੰ ਐਡਰੈਸ ਵੀਰ ਤੋਂ ਪੁੱਛ ਕੇ ਦੱਸਦੇ ਹਾਂ, ਨਾਲੇ ਦਾ ਰੇਟ ਪੁੱਛ ਕੇ ਦੱਸਦੇ ਹਾਂ। ਚਾਲੀ ਵਾਲਾ ਪੰਜਾਹ ਵਾਲਾ ਆਪਣੇ ਫਲੇਵਰ ਵਾਲੇ ਹੈਗੇ ਨੇ, ਨੋਰਮਲ ਹੈਗਾ 20 ਔਰ 30। ਜੇ ਤੁਸੀਂ ਵੀ ਇੱਦਾਂ ਦਾ ਟੇਸਟ ਜਾਂ ਗੁੰਦੇ ਦਾ ਰੋਗ ਬਣਾ ਲੈਂਦਾ ਤਾਂ ਆ ਜਾਓ ਫਿਊਚਰ ਮਾਰਕੀਟ ਦੇ ਕੋਲ, ਮੇਰਾ ਪਾਰਕਿੰਗ ਦੇ ਨਾਲ ਹੀ। ਸਟ੍ਰੋਬੇਰੀ ਵੀ ਦਿੱਤਾ ਵੀਰ ਨੇ ਕਿਹਾ ਸਟ੍ਰੋਬੇਰੀ ਵੀ ਟੇਸਟ ਕਰ ਲਓ। ਸਾਰੇ ਟੇਸਟ ਇਹਨਾਂ ਦੇ ਅਲਟੀਮੇਟ ਨੇ। ਕੋਈ ਕੋਸਾ ਪੈਂਟ ਬਦਲਦੇ ਹੋਏ ਆ ਤੇ ਮੈਂ ਵੀ ਪੈਂਟ ਬਦਲਦੀ ਹੋਈ ਆ, ਪਜਾਮਾ ਪਾ ਲਿਆ ਵੀ ਦੇਖ ਹੀ ਲੈਣਾ। ਮੈਂ ਤੁਹਾਨੂੰ ਦੱਸਦਾ ਆਪਾਂ ਕਿੱਥੇ ਚੱਲੇ ਆ, ਪਹਿਲਾਂ ਬੂਟ ਪਾ ਲਈਏ। ਹਾਂਜੀ, ਗੰਨੇ ਦਾ ਜੂਸ ਜਾਸ ਪੀ ਕੇ ਹੋ ਚੁੱਕੇ ਆਪਾਂ ਰੈਡੀ, ਪੂਰੇ ਕੈਮ ਸ਼ੈਮ ਹੋ ਚੁੱਕੇ ਆ, ਸਾਨੂੰ ਪਤਾ ਸਟੈਮਿਨਾ ਆ ਗਿਆ ਹੋਇਆ, ਆਪਾਂ ਚੱਲੇ ਖੇਡਣ। ਅੱਜ ਕੱਲ੍ਹ ਸੀਗਾ ਮੇਰਾ ਮੈਚ ਕ੍ਰਿਕਟ ਦਾ ਸਕੂਲੇ, ਤੇ ਤੁਹਾਨੂੰ ਪਤਾ ਕੈਪਟਨ ਜੇ ਨਾ ਗਿਆ ਤਾਂ ਗੱਲ ਬਣਨੀ ਨੀ, ਤੇ ਫਿਰ ਟੀਮ ਨੂੰ ਜਿਤਾਉਣਾ ਵੀ ਕਿਹਨੇ ਆ। ਤੇ ਹੁਣ ਚੱਲੀਏ ਆਪਾਂ ਸਕੂਲੇ, ਸਾਨੂੰ ਜੇ ਦੇਖ ਰਹੇ ਹਾਂ ਸਕੂਲੇ ਜੇ ਮੈਚ ਉਧਰੋਂ ਬਾਲ ਪੈ ਰਹੀ ਆ, ਦੇਖਦੇ ਹਾਂ ਕੌਣ ਜਿੱਤਦਾ ਕੌਣ ਹਾਰਦਾ। ਤੁਹਾਨੂੰ ਪਤਾ ਹੀ ਹੈ ਜਿੱਤਣਾ ਤਾਂ ਅਸੀਂ ਹੋਈ ਆ, ਕਿਉਂ ਕੈਪਟਨ ਵੀ ਕੌਣ ਹੋਏ ਟੀਮ ਦਾ, ਤੇ ਦੇਖਦੇ ਕੀ ਸਟ੍ਰੈਟਜੀ ਹੋਣ ਵਾਲੀ ਸਾਹਮਣੇ ਆ ਜਾਂਦੀ, ਤੇ ਆਪਣੀ ਵੀ ਦੇਖਾਂਗੇ ਕਿੰਨੇ ਕੁ ਜੇ ਅਸੀਂ ਟੌਸ ਜਿੱਤਦੇ ਕਿੰਨੇ ਕੁ ਰੰਨਾਂ ਦਾ ਟਾਰਗੇਟ ਦਿੰਦੇ ਆ। ਤੁਹਾਨੂੰ ਦਿਖਾਵਾਂਗੇ ਪਿੱਚ ਕਿਹੋ ਜਿਹੀ ਹੁੰਦੀ, ਆਪਾਂ ਤੁਹਾਨੂੰ ਉਹ ਵੀ ਦਿਖਾਵਾਂ ਗਿੱਲੀ ਸੁੱਕੀ। ਚਲੋ ਚੱਲੀਏ ਸਕੂਲੇ, ਸਾਡੇ ਨਾਲ ਕੋਸਾ ਨੂੰ ਮੈਂ ਤਾਂ ਲੈ ਕੇ ਯਾਰੇ ਕੋਸਾ ਭੋਰਦੇ ਛੱਕੇ ਛੁੱਕੇ ਮਾਰ ਲੈਣਗੇ ਤਾਂ ਕਰਕੇ ਕੀ ਫਾਇਦਾ, ਭੋਰਦੇ ਕੀ ਭੋਰਦੇ ਰਹਿੰਦੇ ਕੋਸਾ, ਬੋਲ ਨਹੀਂ ਦਿਖਣੀ ਜਦੋਂ ਮੈਂ ਪਾਈ। ਓਵਰ ਚ 6 ਬੋਲਾਂ ਹੁੰਦੀਆਂ, ਕੋਸਾ 12 ਬੋਲਾਂ ਕਰ ਦਿੰਦੇ ਆ। ਪਹਿਲਾਂ ਤਾਂ ਦੇਖੋ ਕਿੰਨੇ ਬੋਲਾਂ ਵਾਈ ਨਾ, ਮੈਂ ਤਾਂ ਓਪਰਚੂਨਿਟੀ ਦਿੰਨਾ ਵੀ ਮਾਰੇ 3 ਬੋਲਾਂ ਵਾਈ ਨਾ, 3 ਬੋਲਾਂ 9 ਬੋਲਾਂ, ਫਿਰ ਰੀਬਾਲ ਵੇਰ ਹੁੰਦੀਆਂ 3 ਨੇ ਕੋਸਾ ਵੈਦਾ ਕਿਉਂ, ਜਦੋਂ ਮੈਂ ਬੈਟ ਘੁਮਾਉਣ ਦੀ ਵਾਰੀ ਆਉਂਦੀ ਆ ਨਾ, ਅੱਛਾ ਰਸਲ ਨੂੰ ਪਿੱਛੇ ਛੱਡ ਦਿੰਦੇ ਆ, ਰਸਲ ਨੂੰ ਅੱਗੇ ਪਿੱਛੇ ਰਹਿ ਜਾਂਦੇ ਆ। ਤੁਸੀਂ ਇੰਨੀ ਨਾ ਛੱਡੋ ਕੋਸਾ, ਤੁਸੀਂ ਇੰਨੀ ਕਿਉਂ ਛੱਡ ਰਹੇ ਹੋ, ਕੀ ਗੱਲ ਲਪੇਟਣੀ ਔਖੀ ਹੋ ਗਈ, ਲਪੇਟਣੀ ਮੇਰੀ ਗੁੱਛੀ ਮੁੱਕ ਗਈ, ਹੱਥ ਹੱਥ ਭਰ ਗਿਆ ਗੁੱਛੀ ਨਾਲ। ਚਲੋ ਆਜੋ ਚੱਲੀਏ। ਓਏ ਹੋਏ ਭਾਜੀ ਪ੍ਰੈਕਟਿਸ ਕਰ ਰਹੇ ਨੇ ਭਾਈ, ਡਿਫੈਂਸ ਕਰੇ ਡਿਫੈਂਸ, ਅਸੀਂ ਵੀ ਸਿੱਖਣਾ ਚਾਹੁੰਦੇ ਆ। ਲੋਟੇ ਜੀ ਤੋਂ ਕੁਝ ਹੁੰਦਾ ਤਾਂ ਹੈ ਨੀਗਾ। ਓਏ ਹੋਏ ਹੋਏ ਭਾਜੀ ਕਿਹ ਚਾ, ਹੋਰ ਹੈਰੀ ਭਾਜੀ ਕਿੱਦਾਂ, ਵਧੀਆ ਵਧੀਆ ਠੀਕ ਹੋ ਭਾਜੀ? ਭਾਜੀ ਉਧਰ ਪਿੱਚ ਪੁੱਚ ਲੱਗੀ ਜਾ ਰਹੀ ਹੈ, ਆਪਾਂ ਇਹਨਾਂ ਦੀ 8 ਕਰ ਦਿੰਦੇ ਆ ਇੱਕ ਕਰਕੇ, ਠੀਕ ਆ। ਇਹ ਭਾਜੀ ਦੀ ਫੇਸ ਨੇ। ਹੋਰ ਸਿਮਰ ਭਾਜੀ ਕੀ ਹੋ ਗਿਆ, ਠੀਕ ਆ? ਠੀਕ ਆ ਗੁਰਵੀਰ, ਕਿੱਧਰ ਵਾ? ਵਧੀਆ ਵੀਰੇ, ਤੂੰ ਸੁਣਾ, ਤੂੰ ਐਵੇਂ ਪਾਏਂਗਾ ਮੇਰੇ ਨਾਲ ਐਵੇਂ? ਹਾਂ ਹਾਂ ਵੀਰੇ ਸਾਰਾ ਪਊਗਾ। ਓਏ 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 ਆਇਆ ਫੜ, ਹੁਣ ਦੱਸ ਕੀ ਕਰੀ ਭਾਈ? ਗਰਾਊਂਡ ਦੀ ਤਿਆਰੀ ਚੱਲਦੀ ਆ ਫਿਰ ਪੂਰੀ। ਹਾਂ ਹਾਂ ਪੂਰੀ, ਆਪਾਂ ਦਾ ਤਿੰਨ, ਆਪਾਂ ਤੂੰ ਵੀ ਆ ਸਾਡੇ ਨਾਲ? ਹਾਂ ਕਿਰੋਂ ਲੈ ਹਾਰ ਗਏ, ਹਾਰ ਗਏ, ਹਾਰ ਗਏ, ਦਿੱਲੀ ਆ ਗਏ, ਦਿੱਲੀ ਵਾਲੇ ਬਾਪਾ ਜੀ, ਤੂੰ ਬਾਪਾ ਜੀ ਲਿਆ, ਬਾਪਾ ਜੀ ਜੈਪਨੀ ਭਈਆ, ਜੈਪਨੀ ਭਈਆ, ਜੈਪਨੀ ਭਈਆ। ਤੁਸੀਂ ਇਹਦੇ ਬਾਰੇ ਕੀ ਕਹਿਣਾ ਚਾਹੋਗੇ ਜੀ? ਆ ਬੱਬਨ ਬਾਰੇ, ਬੱਬਨ ਬਾਰੇ ਕੁਛ ਨਹੀਂ, ਬਸ ਸਮਝ ਲਓ, ਕਿਨੀ ਆ ਸਮਝ ਗਏ, ਸਮਝ ਗਏ ਵੀਰੇ, ਫੜ ਲੈ ਹੈਰੀ ਨੂੰ, ਇਹਨੂੰ ਛੱਡਣਾ ਨਹੀਂ, ਫੜ ਲੈ ਇਹਨੂੰ, ਛੱਡ ਬਾ, ਪੈ ਗਈ ਇੱਕ ਇਹਨੇ, ਉਹਨਾਂ ਮੈਂ ਬੋਲ ਚੱਕ ਕੇ ਲੈ ਜਾ, ਬੋਲ ਚੱਕ ਲਿਆ, ਕਿੱਥੇ ਡੇਗੀ
ਓਏ ਕੀ ਕਹਿ ਰਹੇ ਆ ਹਰਮਨ, ਫੋਨ ਬੰਦ ਕਰਦੇ ਯਾਰ।